Hello guys, welcome to Lockdown Tech Study YouTube channel. So today is the topic of star topology. Last video de vich apan dekhya si ki ring topology ki hundi hai. I button de vich link te description box de vich ring topology da de dangi, check out zarur kar lena. So jaldi na apan dekhte hain star topology ki hundi hai. So dekho star topology de vich ki hunda hai, ek star di form vich hundi, jis tarah ring siga, ring jehdi sigi ohde vich ring di form de vich hundi sigi. Star topology jehdi hai oh ek tarah di look like jehdi hundi hai, oh star di tarah hundi hai. Ehde vich jehde various ਜਿਹੜੀ ਆਪਣੀ ਕੋਲ ਨੋਡਸ ਹੁੰਦੀਆਂ ਜਾਂ ਕੰਪਿਊਟਰ ਕਹਿ ਸਕਦੇ ਹੋ ਉਹ ਸਾਰੇ ਆਪਸ ਵਿੱਚ ਕਨੈਕਟਡ ਹੁੰਦੇ ਆ ਯੂਜ਼ਿੰਗ ਦਾ ਹੱਬ ਸੋ ਇਹਦੇ ਵਿੱਚ ਇੱਕ ਸੈਂਟਰਲ ਕੰਟਰੋਲਰ ਲਗਾਇਆ ਜਾਂਦਾ ਆ ਹੱਬ ਜਿਹਦੇ ਕਰਕੇ ਹੀ ਜਿਹੜੇ ਸਾਰੇ ਪੀਸੀ ਆਪਸ ਵਿੱਚ ਕਨੈਕਟ ਹੋ ਪਾਉਂਦੇ ਆ ਸੋ ਤੁਸੀਂ ਜਦੋਂ ਮੈਂ ਇਹ ਲਾਸਟ ਨੈਟਵਰਕ ਬਾਰੇ ਆਪਾਂ ਪੜਿਆ ਸੀਗਾ ਲੈਂਡਮੈਨ ਔਰ ਵੈਨ ਦੇ ਬਾਰੇ ਉਸ ਦੇ ਵਿੱਚ ਮੈਂ ਦੱਸਿਆ ਸੀ ਕਿ ਹੱਬ ਕੀ ਹੁੰਦਾ ਆ ਹੱਬ ਕੀ ਹੁੰਦਾ ਆ ਜਦੋਂ ਇੱਕ ਆਫਿਸ ਦੇ ਵਿੱਚ ਇੱਕ ਹੱਬ ਯੂਜ਼ ਕੀਤੀ ਜਾਂਦੀ ਉਹਦੇ ਨਾਲ ਡਿਫਰੈਂਟ ਡਿਫਰੈਂਟ ਪੀਸੀ ਜਿਹੜੇ ਆ ਕਨੈਕਟਡ ਕਰ ਦਿੱਤੇ ਜਾਂਦੇ ਆ ਉਹ ਨੈਟਵਰਕ ਜਿਹੜਾ ਐਕਸੈਸ ਕਰ ਸਕਦੇ ਆ ਸੋ ਉਹ ਆਪਣਾ ਕੀ ਹੋ ਜਾਂਦਾ ਹੈ ਕਿ ਲੈਂਡ ਨੈਟਵਰਕ ਹੋ ਜਾਂਦਾ ਆ ਉਹ ਯੂਜ਼ ਕੀ ਕਰ ਰਿਹਾ ਹੱਬ ਜਿਹੜਾ ਕਿ ਉਹਨਾਂ ਨੂੰ ਆਪਸ ਵਿੱਚ ਕਨੈਕਟ ਕਰਨ ਦੇ ਵਿੱਚ ਹੈਲਪ ਕਰਦਾ ਆ ਸੋ ਇਹਦੇ ਵਿੱਚ ਵੀ ਆਪਾਂ ਇੱਕ ਹੱਬ ਯੂਜ਼ ਕਰਦੇ ਆ ਜਿਹੜਾ ਕਿ ਨਾ ਸਾਰੇ ਪੀਸੀਆਂ ਨੂੰ ਕਨੈਕਟ ਕਰਵਾਉਣ ਦੇ ਵਿੱਚ ਹੈਲਪ ਕਰਦਾ ਆ ਸੋ ਇਹ ਹੁੰਦੀ ਆਪਣੀ ਸਟਾਰ ਟੋਪੋਲੋਜੀ ਸੋ ਇਹਦਾ ਆਪਾਂ ਫਸਟ ਪੁਆਇੰਟ ਲਿਖ ਸਕਦੇ ਆ ਦਿਸ ਟੋਪੋਲੋਜੀ ਹੈਜ਼ ਏ central controller ਇਹਦੇ ਕੋਲ ਇੱਕ central controller ਹੁੰਦਾ ਆ ਜਿਹਨੂੰ ਆਪਾਂ ਕੀ ਕਹਿੰਦੇ ਆ called hub ਇਹਨੂੰ ਆਪਾਂ ਕਹਿ ਦਿੰਦੇ ਆ ਜਿਹੜਾ ਕਿ central controller ਹੁੰਦਾ ਮਤਲਬ ਕਿ ਇਹਨਾਂ ਸਾਰੇ ਪੀਸੀਆਂ ਨੂੰ ਕੰਟਰੋਲ ਕਰਨ ਵਾਲਾ ਜਿਹੜਾ ਚੀਜ਼ ਹੁੰਦੀ ਆ ਉਹਨੂੰ ਆਪਾਂ ਕੀ ਕਹਿੰਦੇ ਆ ਹੱਬ ਜਿਹੜਾ ਕਿ ਇਹਨਾਂ ਨੂੰ ਆਪਸ ਵਿੱਚ ਕਨੈਕਟ ਵੀ ਕਰਵਾਉਂਦਾ ਆ ਇਹਨਾਂ ਨੂੰ ਕੰਟਰੋਲ ਵੀ ਕਰਦਾ ਔਰ ਮੈਨੇਜ ਵੀ ਕਰਦਾ ਆ ਸਾਰਾ ਕੰਮ ਜਿਹੜਾ ਉਹ ਹੱਬ ਦੇ ਥਰੂ ਹੀ ਕੀਤਾ ਜਾਂਦਾ ਆ ਸਟਾਰ ਟੋਪੋਲੋਜੀ ਦੇ ਵਿੱਚ ਸੋ ਇਹਦਾ ਆਪਾਂ ਸੈਕਿੰਡ ਪੁਆਇੰਟ ਲਿਖ ਸਕਦੇ ਹਾਂ ਦੇਖੋ ਕਿ ਇਹ ਵੀ ਇੱਕ ਪੁਆਇੰਟ ਟੂ ਪੁਆਇੰਟ ਜਿਹੜਾ ਆ ਉਹ ਨੋਡ ਹੈਗੀ ਆ ਇਹਦੇ ਵਿੱਚ ਵੀ ਸਾਰੇ ਪੀਸੀ ਜਿਹੜੇ ਆ ਇੱਕ ਪੁਆਇੰਟ ਟੂ ਪੁਆਇੰਟ ਕਨਫੀਗਰੇਸ਼ਨ ਦੇ ਉੱਤੇ ਬੇਸ ਹੁੰਦੇ ਆ ਸੋ ਇਹਨੂੰ ਆਪਾਂ ਕਹਿ ਸਕਦੇ ਆ This topology is dedicated to the point-to-point line configuration. ਜਿਸ ਤਰ੍ਹਾਂ ਆਪਣੀ ring topology ਸੀਗੀ ਉਹ ਵੀ ਕੀ ਸੀਗੀ ਇੱਕ ਪੁਆਇੰਟ ਟੂ ਪੁਆਇੰਟ ਕਨਫੀਗਰੇਸ਼ਨ ਲਾਈਨ ਕਨਫੀਗਰੇਸ਼ਨ ਸੀ ਉਹਦੇ ਵਿੱਚ ਵੀ ਕੀ ਸੀਗਾ ਇੱਕ ਸਰਕਲ ਦੀ ਫਾਰਮ ਦੇ ਵਿੱਚ ਪੀਸੀ ਜਿਹੜੇ ਸੀ ਡਿਫਰੈਂਟ ਲੱਗੇ ਹੁੰਦੇ ਸੀ ਉਹ ਪੁਆਇੰਟ ਟੂ ਪੁਆਇੰਟ ਜਿਹੜੇ ਚੱਲਦੇ ਸੀ ਸੋ ਇਸ ਕਰਕੇ ਜਿਹੜਾ ਸੀ ਉਹਨੂੰ ਵੀ ਆਪਾਂ ਪੁਆਇੰਟ ਟੂ ਪੁਆਇੰਟ ਲਾਈਨ ਕਨਫੀਗਰੇਸ਼ਨ ਕਹਿੰਦੇ ਸੀ ਤੇ ਸਟਾਰ ਟੋਪੋਲੋਜੀ ਵੀ ਆਪਣੀ ਪੁਆਇੰਟ ਟੂ ਪੁਆਇਇੰਟ ਕਨਫੀਗਰੇਸ਼ਨ ਦੇ ਬੇਸ ਹੁੰਦੀ ਹੈ ਡੈਡੀਕੇਟ ਹੁੰਦੀ ਹੈ ਇਸ ਲਿੰਕ ਦੇ ਥਰੂ ਸੋ ਹੁਣ ਇਹਦੇ ਵਿੱਚ ਕੀ ਹੁੰਦਾ ਜਿਹੜਾ ਸੈਂਟਰਲ ਕੰਟਰੋਲਰ ਆ ਉਹ ਵੀ ਸਾਰੇ ਕੰਮ ਕਰਦਾ ਕਿਸ ਤਰ੍ਹਾਂ ਕਿ ਦੇਖੋ ਇਸ ਪੀਸੀ ਨੇ ਕੋਈ ਡੇਟਾ ਜਿਹੜਾ ਉਹ ਇਸ ਪੀਸੀ ਨੂੰ ਸੈਂਡ ਕਰਨਾ ਆ ਸਪੋਜ਼ ਆਪਣੀ ਕੋ 1 2 3 4 5 or 6 ਆ 1 ਪੀਸੀ ਨੇ ਜਿਹੜਾ ਆ 5th ਪੀਸੀ ਨੂੰ ਡਾਟਾ ਸੈਂਡ ਕਰਨਾ ਆ ਦੈਨ ਉਹ ਕੀ ਕਰੇਗਾ ਡਾਟਾ ਸੈਂਡ ਕਰੇਗਾ ਹੱਬ ਨੂੰ ਔਰ ਹੱਬ ਜਿਹੜਾ ਹੈ ਡਾਟਾ ਟ੍ਰਾਂਸਫਰ ਕਰੇਗਾ 5th ਨੂੰ ਔਰ ਉਸ ਦਾ ਜਿਹੜਾ ਫੀਡਬੈਕ ਹੋਵੇਗੀ ਉਹ 5th ਜਿਹੜਾ ਪੀਸੀ ਆ ਹੱਬ ਨੂੰ ਸੈਂਡ ਕਰੇਗਾ ਔਰ ਹੱਬ ਉਸ ਨੂੰ ਫਿਰ 1st ਪੀਸੀ ਨੂੰ ਸੈਂਡ ਕਰੇਗਾ ਸੋ ਇਹਦੇ ਵਿੱਚ ਕੀ ਹੋ ਜਾਂਦਾ ਕਿ ਇਹਦੇ ਵਿੱਚ ਇਹਨਾਂ ਸਾਰੇ ਪੀਸੀਆਂ ਦਾ ਆਪਸ ਵਿੱਚ ਕੋਈ ਡਾਇਰੈਕਟ ਲਿੰਕ ਨਹੀਂ ਹੁੰਦਾ ਜਿਸ ਤਰ੍ਹਾਂ ਰਿੰਗ ਟੋਪੋਲੋਜੀ ਦੇ ਵਿੱਚ ਕੀ ਸੀ ਸਾਰੇ ਪੀਸੀ ਆਪਸ ਵਿੱਚ ਕਨੈਕਟਡ ਸੀਗੇ ਉਹਨਾਂ ਦਾ ਡਾਇਰੈਕਟ ਲਿੰਕ ਸੀਗਾ ਬਟ ਇਹਦੇ ਵਿੱਚ ਇਹਨਾਂ ਦਾ ਆਪਸ ਵਿੱਚ ਕੋਈ ਵੀ ਡਾਇਰੈਕਟ ਲਿੰਕ ਨਹੀਂ ਹੁੰਦਾ ਇਹਦੇ ਵਿੱਚ ਹੱਬ ਦੇ ਨਾਲ ਇਹ ਸਾਰੇ ਪੀਸੀ ਕਨੈਕਟਡ ਹੁੰਦੇ ਆ ਹੱਬ ਦੇ ਥਰੂ ਹੀ ਡਾਟਾ ਜਿਹੜਾ ਹੈ ਉਹ ਸੈਂਡ ਕਰ ਸਕਦੇ ਆ ਸੋ ਆਪਾਂ ਇਹਦਾ ਥਰਡ ਪੁਆਇੰਟ ਲਿਖ ਸਕਦੇ ਆ ਦੇਅਰ ਇਜ਼ ਨੋ direct link between computers computers ਦੇ between ਕੋਈ ਵੀ direct link ਨਹੀਂ ਹੁੰਦਾ ਹੈਗਾ ਇਹ ਸਾਰੇ hub ਦੇ through ਹੀ connected ਹੁੰਦੇ ਆ so ਇਹ hub ਦੇ through connected ਹੁੰਦੇ ਆ it means ਆਪਾਂ ਕੀ ਲਿਖ ਸਕਦੇ ਆ the routing function is performed by central controller so central controller ਦੇ ਦੁਆਰਾ ਹੀ ਜਿਹੜਾ ਕੋਈ ਵੀ ਫੰਕਸ਼ਨ ਆਪਾਂ ਪਰਫਾਰਮ ਕਰਨਾ ਆ ਤਾਂ ਉਹ ਸੈਂਟਰਲ ਹੱਬ ਦੇ ਥਰੂ ਹੀ ਆਪਾਂ ਪਰਫਾਰਮ ਕਰ ਸਕਦੇ ਆ ਕੋਈ ਵੀ ਡਾਟਾ ਸੈਂਡ ਕਿਸੇ ਵੀ ਪੀਸੀ ਨੂੰ ਕਰਨਾ ਆ ਦੈਨ ਉਹ ਪਹਿਲਾ ਡਾਟਾ ਜਿਹੜਾ ਹੱਬ ਕੋ ਜਾਵੇਗਾ ਫਿਰ ਹੱਬ ਉਸ ਨੂੰ ਅੱਗੇ ਜਿਹੜਾ ਟ੍ਰਾਂਸਫਰ ਕਰੇਗੀ ਸੋ ਇਹ ਹੁੰਦੀ ਆ ਆਪਣੀ ਸਟਾਰ ਟੋਪੋਲੋਜੀ ਔਰ ਨਾਲ ਹੀ ਆਪਾਂ ਇਹਦੀਆਂ ਐਡਵਾਂਟੇਜਸ ਤੇ ਡਿਸਐਡਵਾਂਟੇਜਸ ਵੀ ਦੇਖ ਲੈਂਦੇ ਆ
ਸੋ ਸਟਾਰਟਪੋਲਜੀ ਦੀ ਆਪਾਂ ਫਸਟ ਐਡਵਾਂਟੇਜ ਕੀ ਕਹਿ ਸਕਦੇ ਹਾਂ, ਦੇਖੋ ਇਹਦੇ ਵਿੱਚ ਜਿੰਨੇ ਵੀ ਪੀਸੀ ਆ ਇਹਨਾਂ ਦਾ ਆਪਸ ਵਿੱਚ ਕੋਈ ਵੀ ਲਿੰਕ ਨਹੀਂ ਹੈਗਾ, ਇਹ ਸਾਰੇ ਹੱਬ ਦੇ ਨਾਲ ਕਨੈਕਟਡ ਆ। ਇਟ ਮੀਨਸ ਆਪਾਂ ਇਹਦੇ ਵਿੱਚ ਕੋਈ ਵੀ ਪੀਸੀ ਨਿਊ ਐਡ ਕਰਨਾ ਹੈ ਤਾਂ ਆਪਾਂ ਈਜ਼ੀਲੀ ਐਡ ਕਰ ਸਕਦੇ। ਮਤਲਬ ਇੱਥੇ ਆਪਾਂ ਕੋਈ ਇੱਕ ਨਿਊ ਪੀਸੀ ਐਡ ਕਰਨਾ, ਦੈਨ ਉਹਨੂੰ ਆਪਾਂ ਈਜ਼ੀਲੀ ਜਿਹੜਾ ਆ ਐਡ ਕਰ ਸਕਦੇ ਹਾਂ। ਇਹਦੇ ਵਿੱਚ ਕੋਈ ਵੀ ਆਪਾਂ ਨੂੰ ਡਿਸਟਰਬ ਨਹੀਂ ਹੁੰਦਾ ਹੈ, ਪੂਰਾ ਨੈਟਵਰਕ ਜਿਹੜਾ ਹੈ ਕੋਈ ਵੀ ਇਹਦੇ ਵਿੱਚ ਡਿਸਟਰਬੈਂਸ ਜਿਹੜੀ ਆ ਕ੍ਰੀਏਟ ਨਹੀਂ ਹੁੰਦੀ ਆ। ਸੋ ਆਪਾਂ ਇਹਦਾ ਫਸਟ ਪੁਆਇੰਟ ਲਿਖ ਸਕਦੇ ਹਾਂ, ਦੇਅਰ ਇਜ਼ easily add new node without disturbing entire network no without ਡਿਸਟਰਬ ਕੀਤੇ ਆਪਾਂ ਕੋਈ ਵੀ ਨੋਡ ਜਿਹੜੀ ਆ ਕੋਈ ਵੀ ਕੰਪਿਊਟਰ ਜਿਹੜਾ ਆ ਉਹਨੂੰ ਐਡ ਕਰ ਸਕਦੇ ਹਾਂ ਈਜ਼ੀਲੀ। ਸੋ ਇਹਦਾ ਆਪਣਾ ਸੈਕਿੰਡ ਪੁਆਇੰਟ ਕੀ ਹੋ ਸਕਦਾ ਆ, ਸੈਕਿੰਡ ਇਹਦੇ ਐਡਵਾਂਟੇਜਸ ਆਪਾਂ ਕੀ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਜਿੰਨੀਆਂ ਵੀ ਨੋਡਸ ਆ ਉਹ ਆਪਸ ਵਿੱਚ ਨਹੀਂ ਕਨੈਕਟਡ, ਉਹ ਹੱਬ ਦੇ ਨਾਲ ਕਨੈਕਟਡ ਆ। ਇਟ ਮੀਨਸ ਅਗਰ ਇਹਦੇ ਵਿੱਚ ਕੋਈ ਵੀ ਨੋਡ ਜਿਹੜੀ ਆ ਉਹ ਫੇਲ ਹੋ ਜਾਂਦੀ ਆ ਤਾਂ ਆਪਣੇ ਪੂਰੇ ਨੈਟਵਰਕ ਦੇ ਉੱਤੇ ਕੋਈ ਵੀ ਅਸਰ ਉਹਦਾ ਨਹੀਂ ਪੈਂਦਾ, ਇਹ ਆਪਸ ਵਿੱਚ ਕੋਲੈਪਸ ਨਹੀਂ ਹੁੰਦੇ। ਸੋ ਆਪਾਂ ਕਹਿ ਸਕਦੇ ਇਹਦਾ ਸੈਕਿੰਡ ਪੁਆਇੰਟ, if one node is failed it does not affect the entire network। ਸੋ ਇੰਟਾਇਰ ਨੈਟਵਰਕ ਦੇ ਉੱਤੇ ਕੋਈ ਵੀ ਇਫੈਕਟ ਨਹੀਂ ਪਾਉਂਦਾ ਹੈਗਾ। ਸੋ ਇਹ ਹੋ ਗਈਆਂ ਇਹਦੀਆਂ ਦੋ ਐਡਵਾਂਟੇਜਸ, ਆਪਾਂ ਡਿਸਐਡਵਾਂਟੇਜਸ ਵੀ ਦੇਖ ਲੈਂਦੇ ਹਾਂ। ਸੋ ਫਸਟ ਇਹ ਡਿਸਐਡਵਾਂਟੇਜ ਕੀ ਹੋ ਸਕਦੀ ਆ ਕਿ ਇਹਦੇ ਵਿੱਚ ਜਿਹੜੇ ਆ ਆਪਾਂ ਨੂੰ ਹੱਬ ਜਿਹੜੀ ਆ ਅਲੱਗ ਤੋਂ ਯੂਜ਼ ਕਰਨੀ ਪੈਂਦੀ ਆ, ਮਤਲਬ ਕਿ ਹੱਬ ਲਗਾਉਣਾ ਪੈਂਦਾ ਆ ਤਾਂ ਉਹਦੇ ਕਰਕੇ ਕੀ ਆ ਇਹਦੀ ਕੋਸਟ ਇਨਕਰੀਜ਼ ਹੋ ਜਾਂਦੀ ਆ। ਦ ਮੋਰ ਕੋਸਟ ਡਿਊ ਟੂ ਹੱਬ। ਔਰ ਸੈਕਿੰਡ ਪੁਆਇੰਟ ਇਹਦੇ ਵਿੱਚ ਕੀ ਕਹਿ ਸਕਦੇ ਆ, ਅਗਰ ਇਹਦੇ ਵਿੱਚ ਆਪਣਾ ਹੱਬ ਫੇਲ ਹੋ ਜਾਂਦਾ ਆ ਦੈਨ ਆਪਣਾ ਪੂਰਾ ਦਾ ਪੂਰਾ ਨੈਟਵਰਕ ਹੀ ਇਹਦੇ ਵਿੱਚ ਫੇਲ ਹੋ ਜਾਵੇਗਾ। ਮਤਲਬ ਕਿ ਆਪਾਂ ਇਹਦੇ ਵਿੱਚ ਇੱਕ ਸਿੰਗਲ ਹੱਬ ਯੂਜ਼ ਕਰ ਰਹੇ ਹਾਂ, ਜੇ ਅਗਰ ਆਪਣੀ ਹੱਬ ਹੀ ਖਰਾਬ ਹੋ ਗਈ ਦੈਨ ਆਪਣਾ ਪੂਰਾ ਦਾ ਪੂਰਾ ਨੈਟਵਰਕ ਖਰਾਬ ਹੋ ਸਕਦਾ ਆ। ਸੋ ਆਪਾਂ ਇੱਥੇ ਲਿਖ ਸਕਦੇ ਹਾਂ, ਇਫ ਦ ਹੱਬ ਅਕਰ ਐਨੀ ਪ੍ਰੋਬਲਮ then entire nodes are failed। ਜਦ ਤੁਸੀਂ ਕਹਿ ਸਕਦੇ ਹੋ ਕਿ ਇੰਟਾਇਰ ਨੈਟਵਰਕ ਆਪਣਾ ਫੇਲ ਹੋ ਜਾਂਦਾ ਆ। ਸੋ ਇਹ ਸੀਗੇ ਆਪਣੀ ਸਟਾਰਟਪੋਲਜੀ, ਉਹਦੀਆਂ ਕੁਛ ਐਡਵਾਂਟੇਜਿਸ ਐਂਡ ਡਿਸਐਡਵਾਂਟੇਜਿਸ। ਸੋ ਆਪਾਂ ਨੈਕਸਟ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਸੋ ਥੈਂਕ ਯੂ ਸੋ ਮੱਚ।